ਸਾਰਿਆਂ ਨੂੰ ਮੇਰਾ ਸਤਿ ਸ਼੍ਰੀ ਅਕਾਲ ਨਮਸਤੇ ਮੈਂ ਨੀਨਾ ਪੁਸ਼ਕਰਨਾ ਹਾਂ ਅਤੇ DAB ਦੀ ਐਥਨਿਕ ਮਾਇਨੋਰਟੀ ਕਮੇਟੀ ਦੀ ਮੈਂਬਰ ਹਾਂ 2023 ਜ਼ਿਲ੍ਹਾ ਪਰਿਸ਼ਦ ਦੀਆਂ ਆਮ ਚੋਣਾਂ 10 ਦਸੰਬਰ 2023 ਐਤਵਾਰ ਨੂੰ ਹੋਣੀਆਂ ਹੈ 88 ਸੀਟਾਂ ਵਾਲੇ 44 ਭੂਗੋਲਿਕ ਹਲਕੇ ਹਨ ਅਤੇ DAB ਹਰ ਹਲਕੇ ਦੇ ਵਿੱਚ ਆਪਣਾ ਉਮੀਦਵਾਰ ਭੇਜ ਰਹੀ ਹੈ DAB 2004 ਤੋਂ ਐਥਨਿਕ ਮਾਇਨੋਰਟੀ ਦਾ ਸਮਰਥਨ ਕਰਦੀ ਆ ਰਹੀ ਹੈ ਅਤੇ ਨਸਲੀ ਘੱਟ ਗਿਣਤੀਆਂ ਦੀਆਂ ਜ਼ਰੂਰਤਾਂ ਲੋੜਾਂ ਪ੍ਰਤੀ ਹਰ ਵੇਲੇ ਹਰ ਤਰ੍ਹਾਂ ਦੀਆਂ ਉਹਨਾਂ ਨੇ ਪੂਰੀਆਂ ਕਰਨ ਦੀਆਂ ਕੋਸ਼ਿਸ਼ ਕੀਤੀ ਹੈ ਜਿਵੇਂ ਕਿ ਦੂਸਰੇ ਦੇਸ਼ਾਂ ਵਿੱਚ ਵਸੇ ਹੋਏ ਸਾਡੇ ਵਸਨੀਕਾਂ ਨੂੰ ਹਾਂਗਕਾਂਗ ਵਿੱਚ ਲਿਆਉਣ ਦੇ ਵਿੱਚ ਸਾਡੀ ਮਦਦ ਕੀਤੀ ਹੈ ਔਰ ਉਹ ਬੜੀ ਆਸਾਨੀ ਨਾਲ ਇੱਥੇ ਆ ਸਕੇ ਅਤੇ COVID-19 ਦੇ ਦੌਰਾਨ ਸੰਸਥਾਵਾਂ ਨੂੰ ਮਾਸਕ ਵਗੈਰਾ ਭੇਜੇ ਜਿਹਦੇ ਨਾਲ ਸਾਡੀਆਂ ਜ਼ਰੂਰਤਾਂ ਪੂਰੀਆਂ ਹੋਈਆਂ DAB ਨੇ ਕਈ ਇਹੋ ਜਿਹੇ ਪ੍ਰਸਤਾਵ ਵੀ ਗੌਰਮੈਂਟ ਦੇ ਅੱਗੇ ਰੱਖੇ ਸਰਕਾਰ ਦੇ ਅੱਗੇ ਰੱਖੇ ਜਿਨ੍ਹਾਂ ਨੂੰ ਸਰਕਾਰ ਦੁਆਰਾ ਅਪਣਾਇਆ ਗਿਆ ਔਰ ਜਿਹਦੇ ਨਾਲ ਸਾਡੇ ਬਹੁਤ ਫਾਇਦੇ ਹੋਏ ਉਹਨਾਂ ਦੀਆਂ ਕੰਮ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਸਭ ਦੇ ਸਾਹਮਣੇ ਹਨ ਕੋਈ ਛੁਪਾ ਹੋਇਆ ਨਹੀਂ ਹੈ ਇਸ ਲਈ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ 10 ਦਸੰਬਰ ਨੂੰ DAB ਦਾ ਸਮਰਥਨ ਕਰੋ ਅਤੇ ਉਹਨਾਂ ਨੂੰ ਵੋਟ ਕਰੋ ਕਿਉਂਕਿ ਉਹਨਾਂ ਦੀ ਜਿੱਤ ਹੀ ਤੁਹਾਡੀ ਜਿੱਤ ਹੈ ਅੱਗੋਂ ਚੱਲ ਕੇ ਉਹਨਾਂ ਨੇ ਤੁਹਾਡੇ ਫਾਇਦੇ ਕਰਨੇ ਨੇ ਧੰਨਵਾਦ